ਸਿਟੀ ਕਾਲਜ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼। ਜੀ ਹਾਂ, ਰੀਸੈਂਟਲੀ ਇਸ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਮੇਕਰਸ ਦੇ ਵੱਲੋਂ, ਤੇ ਫਾਈਨਲੀ ਦਰਸ਼ਕਾਂ ਦਾ ਇੰਤਜ਼ਾਰ ਹੋ ਚੁੱਕਿਆ ਹੈ ਜੀ ਖਤਮ। ਰੋਡੇ ਕਾਲਜ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਫਿਲਮ ਨੂੰ ਵੇਖਣ ਦੀ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ। ਫਿਲਮ ਦੇ ਵਿੱਚ ਸਾਨੂੰ ਕਈ ਸਾਰੇ ਮਜੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ। ਵੈਲ 125 ਦੇ ਕਰੀਬ ਫਿਲਮ ਦੇ ਵਿੱਚ ਕਰੈਕਟਰਸ ਨੇ ਜੋ ਕਿ ਸਾਨੂੰ ਵੱਖ ਵੱਖ ਤਰੀਕੇ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਵੈਲ ਦੱਸ ਦਈਏ ਕਿ ਇਸ ਫਿਲਮ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਫਾਈਨਲੀ ਜਦੋਂ ਕਿ ਇਸ ਫਿਲਮ ਦਾ ਟ੍ਰੇਲਰ ਹੁਣ ਰਿਲੀਜ਼ ਹੋਇਆ ਤੇ ਦਰਸ਼ਕਾਂ ਨੂੰ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਹੋ ਚੁੱਕੀ ਹੈ ਰੋਡੇ ਕਾਲਜ ਫਿਲਮ ਨੂੰ ਵੇਖਣ ਦੀ। ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਕਾਲਜ ਲਾਈਫ ਦੀਆਂ, ਸਟੂਡੈਂਟ ਪੋਲੀਟਿਕਸ ਦੀਆਂ, ਫਰੈਂਡਸ਼ਿਪ ਦੀਆਂ, ਪਿਆਰ ਦੀਆਂ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਿਖਾਈਆਂ ਜਾਣ ਵਾਲੀਆਂ ਨੇ। ਕਾਫੀ ਟੌਪਿਕਸ ਨੂੰ ਟੱਚ ਕਰਦੀ ਹੋਈ ਫਿਲਮ ਹੈ। ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ ਮਾਨਵ ਵਿੱਚ ਈਸ਼ਾ ਰਿੱਖੀ, ਯੋਗਰਾਜ ਸਿੰਘ, ਸੁਵਿੰਦਰ ਵਿੱਕੀ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਰਾਹੁਲ ਜੁੰਗਰਾਲ, ਰਾਹੁਲ ਜੇਟਲੀ, ਕਵੀ ਸਿੰਘ, ਬਲਵਿੰਦਰ ਧਾਲੀਵਾਲ, ਰਾਜ ਜੋਧਨ, ਅਨਮੋਲ ਵਰਮਾ ਐਂਡ ਤੀਰਥ ਚੈਰਿਕ। ਫਿਲਮ ਦੇ ਜ਼ਰੀਏ ਤਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਜੱਸਾ ਢਿੱਲੋਂ ਤੇ ਰਾਜਵੀਰ ਕੌਰ ਤੇ ਪਰਮਵੀਰ ਸੇਖੋਂ ਵਰਗੇ ਕਈ ਆਰਟਿਸਟ ਨੂੰ ਇੰਟਰੋਡਿਊਸ ਵੀ ਕੀਤਾ ਜਾ ਰਿਹਾ। ਇਸ ਫਿਲਮ ਦੀ ਕਹਾਣੀ ਹੈਪੀ ਰੋਡੇ ਦੇ ਵੱਲੋਂ ਹੀ ਲਿਖੀ ਗਈ ਹੈ ਤੇ ਨਾਲ ਹੀ ਜੇਕਰ ਡਾਇਰੈਕਸ਼ਨ ਦੀ ਗੱਲ ਕਰੀਏ ਤੇ ਡਾਇਰੈਕਸ਼ਨ ਵੀ ਹੈਪੀ ਰੋਡੇ ਦੇ ਵੱਲੋਂ ਹੀ ਕੀਤੀ ਗਈ ਹੈ। ਫਿਲਮ ਦੇ ਸਕ੍ਰੀਨ ਪਲੇ ਨੂੰ ਲਿਖਣ ਦਾ ਕ੍ਰੈਡਿਟ ਜਾਂਦਾ ਹੈ ਜਤਿਨ ਵਰਮਾ ਨੂੰ, ਤੇ ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਆਸ਼ੂ ਅਰੋੜਾ, ਇਤੁਸ਼ ਬੰਸਲ ਤੇ ਰਿੰਪਲ ਬਰਾੜ ਦੇ ਵੱਲੋਂ। ਯਾਨੀ ਕਿ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਰਾਫ ਐਂਡ ਸਟੂਡੀਓ ਸੋਰਸ। ਆਰਏਐਫ ਐਂਡ ਸਟੂਡੀਓ ਸੋਰਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ ਫਿਲਮ ਰੋਡੇ ਕਾਲਜ। ਫਿਲਮ ਦੀ ਪਰਟੀਕੁਲਰ ਰਿਲੀਜ਼ ਡੇਟ ਹੈ ਜੀ 7 June 2024। ਸੋ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਵੇਖਣ ਦੇ ਲਈ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਜੇਕਰ ਟ੍ਰੇਲਰ ਦੀ ਗੱਲ ਕਰੀਏ ਤੇ ਰੋਡੇ ਕਾਲਜ ਫਿਲਮ ਦੇ ਟ੍ਰੇਲਰ ਦੇ ਵਿੱਚੋਂ ਤੁਹਾਨੂੰ ਸਭ ਤੋਂ ਖਾਸ ਸੀਨ ਕਿਹੜਾ ਲੱਗਿਆ ਜਾਂ ਫਿਰ ਟ੍ਰੇਲਰ ਦੇ ਵਿੱਚ ਸਭ ਤੋਂ ਖਾਸ ਚੀਜ਼ ਕਿਹੜੀ ਲੱਗੀ ਹੈ ਕਮੈਂਟ ਏਰੀਆ ਦੇ ਵਿੱਚ ਦੱਸ ਸਕਦੇ ਹੋ। ਤੇ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ ਕਿ ਇਸ ਫਿਲਮ ਨੂੰ ਸਿਨੇਮਾ ਸਕਰੀਨਸ ਦੇ ਉੱਤੇ ਵੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ। ਸੋ ਫਾਈਨਲੀ 7 June 2024 ਯਾਨੀ ਕਿ ਅਗਲੇ ਮਹੀਨੇ 7 ਤਰੀਕ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ। ਸੋ ਕਮੈਂਟ ਕਰਕੇ ਦੱਸਣਾ ਕਿ ਫਿਲਮ ਨੂੰ ਵੇਖਣ ਲਈ ਐਕਸਾਈਟਮੈਂਟ ਕਿੰਨੀ ਹੈ, ਫਿਲਮ ਤੋਂ ਕੀ ਉਮੀਦਾਂ ਨੇ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।